ਸ਼੍ਰੋਮਣੀ ਅਕਾਲੀ ਦਲ, ਜੀ ਹਾਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਉਹ ਗਵਾਹਾਂ ਨੂੰ ਮੁਕਰਾਉਣ 'ਤੇ ਜਾਂ ਉਹਨਾਂ ਨੂੰ ਲਾਲਚ ਦੇਣ 'ਤੇ ਲੱਗੇ ਹੋਏ ਨੇ। ਬਕਾਇਦਾ ਚਿੱਠੀ ਲਿਖ ਕੇ ਉਹਨਾਂ ਨੂੰ ਦੱਸਿਆ। ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਕਿ ਘੱਟੋ ਘੱਟ ਜੇ ਤੁਸੀਂ ਇਸ ਕੇਸ ਨੂੰ ਹਾਈ ਕੋਰਟ ਦੇ ਵਿੱਚ ਵਧੀਆ ਤਰੀਕੇ ਨਾਲ ਨਹੀਂ ਪੁੱਟ ਕੀਤਾ, ਘੱਟੋ ਘੱਟ ਗਵਾਹਾਂ ਦੀ ਸੁਰੱਖਿਆ ਤਾਂ ਦੇ ਦਿਓ ਨਾ। ਗਵਾਹ ਤਾਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ, ਉਹਨਾਂ ਦੇ ਪਰਿਵਾਰ ਮਹਿਸੂਸ ਕਰਨ, ਜਿਸ ਦਿਨ ਉਹ ਕੋਰਟ ਦੇ ਵਿੱਚ ਜਾਵੇ ਉਹਨੂੰ ਇਹ ਮਹਿਸੂਸ ਹੋਵੇ ਕਿ ਹਾਂ ਮੈਂ ਅੱਜ ਸੱਚ ਬੋਲਣ ਚੱਲਿਆ, ਨਾ ਕਿ ਮੈਨੂੰ ਕਿਸੇ ਦਾ ਦਬਾਅ ਜਾਂ ਮੈਨੂੰ ਕਿਸੇ ਦਾ ਕੋਈ ਲਾਲਚ ਹੈ। ਆਈ ਜੀ ਕੁੰਵਰ ਵਿਜੇ ਪ੍ਰਤਾਪ ਨੇ ਵੀ ਇਹੀ ਕਿਹਾ ਸੀ ਕੁਛ ਦਿਨ ਪਹਿਲਾਂ ਕਿ ਮੈਨੂੰ ਵੀ ਜਾਂਚ ਦੌਰਾਨ ਜਾਨੋਂ ਮਾਰ ਦੇ ਧਮਕੀਆਂ ਆਈਆਂ। ਹਾਈਕੋਰਟ ਵੱਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਾਂਚ ਰਿਪੋਰਟ ਨੂੰ ਰੱਦ ਕਰਨ ਅਤੇ ਵਿਜੇ ਪ੍ਰਤਾਪ ਦੇ ਅਸਤੀਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਬੇਅਦਬੀ ਮਾਮਲਾ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਮਾਮਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਗੰਭੀਰ ਇਲਜ਼ਾਮ ਲੱਗਦੇ ਰਹੇ ਨੇ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਇੱਕ ਖਾਸ ਚਿੱਠੀ ਸਾਹਮਣੇ ਕੱਢ ਲਿਆਏ ਨੇ। ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਬੇਅਦਬੀ ਮਾਮਲੇ ਦੇ ਵਿੱਚ ਮੌਜੂਦ ਗਵਾਹਾਂ ਨੂੰ ਮੁਕਰਾਉਣ 'ਤੇ ਲੱਗੀ ਹੋਈ ਹੈ। ਮਾਨ ਨੇ ਇਹਨਾਂ ਗਵਾਹਾਂ ਨੂੰ ਪੰਜਾਬ ਸਰਕਾਰ ਤੋਂ ਸੁਰੱਖਿਆ ਦਿਵਾਉਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅਸਤੀਫਾ ਦੇਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਅਤੇ DGP ਨੂੰ ਇੱਕ ਚਿੱਠੀ ਲਿਖੀ ਹੈ ਜਿਸ ਦੇ ਵਿੱਚ ਇਹ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਗਵਾਹਾਂ ਨੂੰ ਮੁਕਰਾਉਣ 'ਤੇ ਲੱਗੀ ਹੋਈ ਹੈ। ਭਗਵੰਤ ਮਾਨ ਨੇ ਪੰਜਾਬ ਸਰਕਾਰ ਤੋਂ ਡਿਮਾਂਡ ਕੀਤੀ ਕਿ ਗਵਾਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਉਸ ਕੇਸ ਦੇ ਵਿੱਚ ਨਵਾਂ ਮੋੜ ਆ ਜਾਂਦਾ। ਅੱਜ ਅਖਬਾਰ ਦੇ ਵਿੱਚ ਖਬਰ ਛਪੀ ਹੈ ਕਿ ਜਿਹੜੇ IG ਕੁੰਵਰ ਵਿਜੇ ਪ੍ਰਤਾਪ ਜੀ, ਜਿਹੜੇ ਕਿ SIT ਦੇ ਮੁਖੀ ਸੀ, ਜਿਹਨਾਂ ਨੂੰ ਹਟਾ ਦਿੱਤਾ ਗਿਆ, ਉਹਨਾਂ ਨੇ ਵੀ ਅਸਤੀਫਾ ਦਿੱਤਾ। ਉਹਨਾਂ ਨੇ ਪੰਜਾਬ ਦੇ DGP ਨੂੰ ਅਤੇ ਚੀਫ ਸੈਕਟਰੀ ਨੂੰ ਚਿੱਠੀ ਲਿਖੀ ਹੈ ਕਿ ਸ਼੍ਰੋਮਣੀ ਅਕਾਲੀ ਦਲ, ਜੀ ਹਾਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਉਹ ਗਵਾਹਾਂ ਨੂੰ ਮੁਕਰਾਉਣ 'ਤੇ ਜਾਂ ਉਹਨਾਂ ਨੂੰ ਲਾਲਚ ਦੇਣ 'ਤੇ ਲੱਗੇ ਹੋਏ ਨੇ। ਬਕਾਇਦਾ ਚਿੱਠੀ ਲਿਖ ਕੇ ਉਹਨਾਂ ਨੇ ਦੱਸਿਆ। ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਕਿ ਘੱਟੋ ਘੱਟ ਜੇ ਤੁਸੀਂ ਇਸ ਕੇਸ ਨੂੰ ਹਾਈਕੋਰਟ ਦੇ ਵਿੱਚ ਵਧੀਆ ਤਰੀਕੇ ਨਾਲ ਨਹੀਂ ਪੁੱਟ ਕੀਤਾ, ਘੱਟੋ ਘੱਟ ਗਵਾਹਾਂ ਦੀ ਸੁਰੱਖਿਆ ਤਾਂ ਦੇ ਦਿਓ ਨਾ। ਗਵਾਹ ਤਾਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ, ਉਹਨਾਂ ਦੇ ਪਰਿਵਾਰ ਮਹਿਸੂਸ ਕਰਨ, ਜਿਸ ਦਿਨ ਉਹ ਕੋਰਟ ਦੇ ਵਿੱਚ ਜਾਵੇ ਉਹਨੂੰ ਇਹ ਮਹਿਸੂਸ ਹੋਵੇ ਕਿ ਹਾਂ ਮੈਂ ਅੱਜ ਸੱਚ ਬੋਲਣ ਚੱਲਿਆ, ਨਾ ਕਿ ਮੈਨੂੰ ਕਿਸੇ ਦਾ ਦਬਾਅ ਜਾਂ ਮੈਨੂੰ ਕਿਸੇ ਦਾ ਕੋਈ ਲਾਲਚ ਹੈ। IG ਕੁੰਵਰ ਵਿਜੇ ਪ੍ਰਤਾਪ ਨੇ ਵੀ ਇਹੀ ਕਿਹਾ ਸੀ ਕੁਛ ਦਿਨ ਪਹਿਲਾਂ ਕਿ ਮੈਨੂੰ ਵੀ ਜਾਂਚ ਦੌਰਾਨ ਜਾਨੋਂ ਮਾਰ ਦੀਆਂ ਧਮਕੀਆਂ ਆਈਆਂ, ਅਤੇ ਉਹਦੇ ਬਾਰੇ ਵੀ ਸਰਕਾਰ ਨੇ, ਕੈਪਟਨ ਸਾਹਿਬ ਨੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਕਿ ਇੱਕ IG ਲੈਵਲ ਦੇ ਅਫਸਰ ਨੂੰ ਵੀ ਜਾਨੋਂ ਮਾਰ ਦੀਆਂ ਧਮਕੀਆਂ, ਤਾਂ ਫਿਰ ਉਹਨਾਂ ਨੂੰ ਕੌਣ ਬਚਾਊਗਾ। ਸੋ ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਸਾਰੇ ਗਵਾਹਾਂ ਨੂੰ ਜਿਨ੍ਹਾਂ ਨੂੰ ਮੁਕਰਾਉਣ ਦੀ ਜਾਂ ਜਿਨ੍ਹਾਂ ਨੂੰ ਲਾਂਚ ਦੇ ਕੇ ਗਵਾਹੀ ਬਦਲਣ ਦੀ ਗੱਲ ਚੱਲ ਰਹੀ ਹੈ, ਉਹਨਾਂ ਨੂੰ ਸੁਰੱਖਿਆ ਦਿੱਤੀ ਜਾਵੇ। ਅਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਭੰਗੜੇ ਪਾਉਂਦਾ ਫਿਰਦਾ, ਉਹਨਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ਕਿ ਜੇ ਤੁਸੀਂ ਸੱਚੀ ਬੇਦੋਸ਼ੇ ਹੋ, ਤੁਹਾਡਾ ਕੋਈ ਕਸੂਰ ਨਹੀਂ ਬੇਕਸੂਰ ਹੋ, ਫਿਰ ਤੁਸੀਂ ਇਹੋ ਜਿਹੀਆਂ ਹਰਕਤਾਂ ਕਿਉਂ ਕਰਦੇ ਹੋ। ਅਤੇ ਨਾਲ ਨਾਲ ਮੈਂ ਉਹਨਾਂ ਸਾਰੇ ਜਿਹੜੇ ਗਵਾਹ ਨੇ ਉਹਨਾਂ ਨੂੰ ਵੀ ਆਪਣੇ ਵੱਲੋਂ ਗਰੰਟੀ ਦਿੰਦਾ ਕਿ ਜੇ ਤੁਹਾਨੂੰ ਕੋਈ ਲੀਗਲ ਏਡ ਚਾਹੀਦੀ ਹੈ, ਤੁਹਾਨੂੰ ਕੋਈ ਕਾਨੂੰਨੀ ਮਦਦ ਚਾਹੀਦੀ ਹੈ, ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰੋ। ਸਾਡੀ ਟੀਮ ਤੁਹਾਨੂੰ ਜਿੰਨਾ ਵੀ ਅਸੀਂ ਕਰ ਸਕੇ ਅਸੀਂ ਕਾਨੂੰਨੀ ਮਦਦ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ, ਦੇਵਾਂਗੇ, ਕਿਉਂਕਿ ਇਸ ਕੇਸ ਦੇ ਨਾਲ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ। ਪੰਜਾਬ ਸਰਕਾਰ ਨੂੰ ਤੁਰੰਤ ਐਕਸ਼ਨ ਲੈਣਾ ਚਾਹੀਦਾ ਔਰ ਇਸ ਚਿੱਠੀ 'ਤੇ DGP ਸਾਹਿਬ ਨੂੰ ਤੁਰੰਤ ਐਕਸ਼ਨ ਲੈਣਾ ਚਾਹੀਦਾ। ਜਿਹੜੇ ਜਿਹੜੇ ਗਵਾਹਾਂ ਨੂੰ ਉਹ ਲਾਲਚ ਦੇ ਰਹੇ ਨੇ ਜਾਂ ਮੁਕਰਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਜਿਹੜੇ ਕਿ ਆਪਣੇ ਆਪ ਨੂੰ ਦੋਵੇਂ ਪੰਥਕ ਧਿਰਾਂ ਕਹਾਉਂਦੀਆਂ ਨੇ, ਪਰ ਤੁਸੀਂ ਕੰਮ ਦੇਖ ਲਓ ਕਿਹੜੇ ਕਰ ਰਹੇ ਨੇ। ਪਰ ਮੈਂ ਤਾਂ ਹਰ ਵਕਤ ਇਹੀ ਕਹਿੰਦਾ ਹੁੰਦਾ ਕਿ ਕੋਈ ਗੱਲ ਨਹੀਂ, ਇਨਸਾਫ਼ ਦਾ ਦਿਨ ਨਹੀਂ ਚੜ੍ਹੇਗਾ ਜੋ ਲੋਕਾਂ ਦੇ ਦਿਲ 'ਚੋਂ ਇਹ ਡਰ ਨਹੀਂ ਜਾਂਦਾ। ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਰਾਤ ਲੰਮੀ ਹੋਣ ਦਾ ਮਤਲਬ ਸੂਰਜ ਮਰ ਨਹੀਂ ਜਾਂਦਾ।